dai da dire? ਮੇਰੇ ਵੱਲੋਂ ਸਾਹਿਤ ਧਾਰਾ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇਹ ਅੱਜ ਮੇਰੀ ਰਚਨਾ। ਇੱਕ ਦਿਨ ਸ਼ਹਿਰ ਵਿੱਚ ਮੈਂ ਘੁੰਮਣ ਆਇਆ, ਇਸ਼ਾਰੇ ਨਾਲ ਇੱਕ ਕੁੜੀ ਨੇ ਮੈਨੂੰ ਕੋਲ ਬੁਲਾਇਆ। ਸੰਗਦਾ ਸੰਗਦਾ ਜਦ ਮੈਂ ਅਸੀਂ ਉਸਦੇ ਨੇੜੇ ਆਇਆ, ਕੋਲ ਪਹੁੰਚਦਿਆਂ ਉਸ ਮੈਨੂੰ ਝੱਟ ਜਫਾ ਪਾਇਆ। ਕਹਿੰਦੇ ਤੂੰ ਤੇ ਹੈ ਲੱਗਦਾ ਮੇਰੀ ਅਮੜੀ ਦਾ ਜਾਇਆ, ਮੁੱਦਤਾਂ ਬੀਤੀਆਂ ਕਿਉਂ ਸਾਨੂੰ ਤੂੰ ਦਿਲੋਂ ਭੁਲਾਇਆ। ਮੈਂ ਤਾਂ ਇਸ ਗੱਲ ਨੂੰ ਕੁਝ ਸਮਝ ਨਾ ਪਾਇਆ, ਇੰਨੇ ਨੂੰ ਉਹਦਾ ਬਾਪ ਅੰਦਰੋਂ ਦੌੜਾ ਚਲਾ ਆਇਆ, ਫੜ ਮੇਰੀ ਬਾਂਹ ਉਸ ਅੰਦਰ ਲਿਜਾ ਬਿਠਾਇਆ। ਬਾਪ ਉਹਦੇ ਨੇ ਵਿਰਤਾਂਤ ਸਾਰਾ ਮੈਨੂੰ ਸੁਣਾਇਆ। ਤੇਰੇ ਵਰਗਾ ਇਹਦਾ ਵੀਰ ਸੀ, ਤੇਰਾ ਹਮਸਾਇਆ ਕਿਸੇ ਗੋਲੀ ਨਾਲ ਮਾਰ ਦਿੱਤਾ, ਜਰਾ ਤਰਸ ਨਾ ਆਇਆ। ਦਾਤੇ ਬੈਠੀ ਇਹ ਉਦਾਰਾ ਤੱਕਦੀ ਰਹਿੰਦੀ, ਜੋ ਵੀ ਕੋਈ ਲੰਘਦਾ ਉਸਨੂੰ ਆਪਣਾ ਵੀਰਾ ਕਹਿੰਦੀ। ਗੱਲਾਂ ਸਨ ਉਸਦੀਆਂ ਅੱਖਾਂ ਚੋਂ ਨੀਰ ਵਹਿ ਗਿਆ, ਹੋਇਆ ਸਰੀਰ ਸੁਣ ਸ਼ਿਵਬੁੱਤ ਬਣ ਕੇ ਰਹਿ ਗਿਆ। ਧੰਨਵਾਦ। ਵਾਹ ਜੀ ਵਾਹ ਸੈਣੀ ਸਾਹਿਬ, ਛੋਟੀ ਜਿਹੀ ਰਚਨਾ ਦੇ ਵਿੱਚ ਬਹੁਤ ਵੱਡੀ ਗੱਲ ਕਹਿ ਕੇ ਗਏ ਆ ਸ਼ਿਵ ਗੋਸਵਾਮੀ ਜੀ। ਔਰ ਇਹ ਵਰਤਾਂਤ ਅਕਸਰ ਹੀ ਵਾਪਰਦੇ ਆ, ਹਰ ਇੱਕ ਨਹੀਂ ਮੈਂ ਕਹੂੰਗਾ ਇਕੱਲੇ।